ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਸੀ ਐਮ ਸਾਹਿਬ ਨੇ ਅਨਾਊਂਸ ਕੀਤਾ ਕਿ ਸਰਕਾਰ ਦੇ ਜਿੰਨੇ ਵੀ ਡਿਸਟ੍ਰਿਕਟ ਹੋਸਪਿਟਲਸ ਨੇ 23-41 ਸਬ ਡਿਵੀਜ਼ਨਲ ਹੋਸਪਿਟਲਸ ਨੇ ਅਤੇ ਲਗਭਗ 162 ਸੀ ਐਚ ਸੀਜ਼ ਨੇ ਉੱਥੇ ਜੋ ਵੀ ਪੇਸ਼ੈਂਟਸ ਆਉਣਗੇ ਉਹਨਾਂ ਨੂੰ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ਤਾਂ ਉਸ ਦੇ ਬਾਰੇ ਇਨਸ਼ੋਰ ਕਰਨ ਲਈ ਕਿ ਇਹ ਹੋ ਰਿਹਾ ਜਾਂ ਇਸ ਕੋਈ ਪ੍ਰੋਬਲਮ ਆ ਰਹੀ ਹੈ ਮੈਂ ਅੱਜ ਮੋਹਾਲੀ ਦੇ ਡਿਸਟ੍ਰਿਕਟ ਹੋਸਪਿਟਲਸ ਦਾ ਦੌਰਾ ਕੀਤਾ ਹੈਲਥ ਸੈਕਟਰੀ ਸਾਹਿਬ ਮੇਰੇ ਨਾਲ ਨੇ ਇਹਨਾਂ ਨੇ ਐਸੈਂਸ਼ੀਅਲ ਡਰੱਗਸ ਦੀ ਇੱਕ ਲਿਸਟ ਤਿਆਰ ਕੀਤੀ ਹੈ ਜਿ 350 ਦੇ ਕਰੀਬ ਉਹਦੇ ਵਿੱਚ ਡਰੱਗਸ ਨੇ ਜਿਹੜੀਆਂ ਆਮ ਤੌਰ 'ਤੇ ਪ੍ਰਿਸਕ੍ਰਾਈਬ ਕੀਤੀਆਂ ਜਾਂਦੀਆਂ ਨੇ ਉਸ 'ਚੋਂ 90% ਦਵਾਈਆਂ ਦੇ ਇਹਨਾਂ ਨੇ ਰੇਟ ਕੰਟਰੈਕਟ ਕਰ ਲਏ ਨੇ ਅਤੇ ਉਹ ਹੈਲਥ ਕਾਰਪੋਰੇਸ਼ਨ ਵੱਲੋਂ ਹੋਸਪਿਟਲਸ ਨੂੰ ਪ੍ਰੋਵਾਈਡ ਕਰ ਰਹੇ ਨੇ ਜਿਹੜੀਆਂ ਦਵਾਈਆਂ ਰਹਿ ਗਈਆਂ ਨੇ ਉਹਦੇ ਲਈ ਸੀ ਐੱਮ ਸਾਹਿਬ ਨੇ 25 ਕਰੋੜ ਰੁਪਇਆ ਸੈਂਕਸ਼ਨ ਕਰ ਦਿੱਤਾ ਡਿਸਟ੍ਰਿਕਟ ਹੋਸਪਿਟਲਸ ਦੇ ਲਈ ਉਹ ਪੈਸਾ ਵੀ ਨੀਚੇ ਭੇਜ ਦਿੱਤਾ ਗਿਆ ਹੈ SMOs ਦੀਆਂ ਖਰੀਦ ਦੀਆਂ ਪਾਵਰਸ ਵਧਾ ਦਿੱਤੀਆਂ ਗਈਆਂ ਨੇ ਤਾਂ ਕਿ ਜਿਹੜੀ ਦਵਾਈ ਉਹਨਾਂ ਕੋਲ ਉਪਲਬਧ ਨਹੀਂ ਹੈ ਉਹ ਪੇਸ਼ੈਂਟ ਨੂੰ ਬਾਹਰ ਨਾ ਭੇਜਣ ਆਪ ਖਰੀਦ ਕੇ ਉਹ ਆਪਣੇ ਫੰਡਸ ਦੇ ਵਿੱਚੋਂ ਉਹਨਾਂ ਨੂੰ ਦੇਣ ਅੱਜ ਮੈਂ ਇੱਥੇ ਪੇਸ਼ੈਂਟਸ ਨੂੰ ਵੀ ਮਿਲਿਆ ਪੇਸ਼ੈਂਟਸ ਬੜੇ ਸੈਟਿਸਫਾਈਡ ਸੀਗੇ ਇੰਨਾ ਵੱਡਾ ਕੰਮ ਹੈ ਕਿਤੇ ਇੱਕ ਅਦੁਕਾ ਪ੍ਰੋਬਲਮ ਵੀ ਹੋ ਸਕਦੀ ਹੈ ਬਟ ਅਸੀਂ ਸਾਰੇ DC ਸਿਵਲ ਸਰਜਨ CMO ਸਾਰੇ ਕਮਿਟਿਡ ਆ ਕਿ CM ਸਾਹਿਬ ਦੀ ਇਹ ਜਿਹੜੀ ਲੋਕ ਪੱਖੀ ਨੀਤੀ ਹੈ ਇਸ ਨੂੰ ਪੂਰੀ ਤਰ੍ਹਾਂ ਲੈਟਰ ਅਤੇ ਸਪਿਰਿਟ ਦੇ ਵਿੱਚ ਇੰਪਲੀਮੈਂਟ ਕਰੀਏ ਅਤੇ ਸਾਰੇ ਮਰੀਜ਼ਾਂ ਨੂੰ ਮੁਫਤ ਦਵਾਈ ਉਪਲਬਧ ਕਰਾਈਏ।